ਇਹ ਹੈ 23 ਸਾਲਾ ਕੁਲਦੀਪ ਸਿੰਘ ਅਤੇ ਇਹ ਹੈ ਉਸਦੀ ਮਾਸ਼ੂਕ 30 ਸਾਲਾ ਪ੍ਰਭਜੋਤ ਕੌਰ। ਪ੍ਰਭਜੋਤ ਕੌਰ ਅਤੇ ਕੁਲਦੀਪ ਸਿੰਘ ਦੋਵਾਂ ਦਾ ਮੇਲ ਇੰਸਟਾਗ੍ਰਾਮ ਉੱਤੇ ਹੋਇਆ ਤੇ ਦੋਵੇਂ ਹੌਲੇ ਹੌਲੇ ਇੰਨੇ ਜ਼ਿਆਦਾ ਇੱਕਮਿੱਕ ਹੋ ਗਏ ਕਿ ਕੁਲਦੀਪ ਇਹ ਭੁੱਲ ਗਿਆ ਕਿ ਪ੍ਰਭਜੋਤ ਵਿਆਹੀ ਵਰੀ ਹੈ ਤੇ ਪ੍ਰਭਜੋਤ ਇਹ ਭੁੱਲ ਗਈ ਕਿ ਕੁਲਦੀਪ ਉਸ ਤੋਂ 7 ਸਾਲ ਛੋਟਾ ਹੈ ਅਤੇ ਜ਼ਿੰਦਗੀ ਦਾ ਅਨਾੜੀ ਖਿਡਾਰੀ ਹੈ। ਬਸ ਕਹਿੰਦੇ ਨੇ ਇਸ਼ਕ ਹਰ ਚੀਜ਼ ਭੁਲਾ ਦਿੰਦੀ ਹੈ ਅਤੇ ਇਹਨਾਂ ਦੋਵਾਂ ਉੱਤੇ ਵੀ ਇਹੋ ਕਹਾਵਤ ਸਹੀ ਟੁਕਦੀ ਹੈ। ਹੁਣ ਸੁਣੋ ਇਹਨਾਂ ਦੋਵਾਂ ਨੇ ਕੀ ਕੀਤਾ ਕਿ ਪੁਲਿਸ ਵਾਲੇ ਅਤੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਇਹ ਫੋਟੋ ਨਾਭਾ ਦੀ ਬਲਾਕ ਭਾਦਸੋ ਦੇ ਰਹਿਣ ਵਾਲੇ ਜਸਵੀਰ ਸਿੰਘ ਦੀ ਹੈ। ਉਹ ਜਸਵੀਰ ਸਿੰਘ ਜਿਸ ਨਾਲ ਪ੍ਰਭਜੋਤ ਨੇ 7 ਜਨਮਾਂ ਤੱਕ ਰਿਸ਼ਤੇ ਨਿਭਾਉਣ ਦੀਆਂ ਕਸਮਾਂ ਖਾਦੀਆਂ ਸੀ ਅਤੇ ਉਸੇ ਵਿਆਹ ਦੇ ਰਿਸ਼ਤੇ ਨੂੰ ਆਪਣੇ ਹੱਥੀਂ ਤਾਰ ਤਾਰ ਕਰ ਦਿੱਤਾ। ਖੁਦ ਤਾਂ ਵਿਧਵਾ ਹੋਈ, ਨਾਲ 3 ਘਰਾਂ ਦੇ ਹੋਰ ਉਜਾੜੇ ਕਰ ਗਈ। ਅਸਲ ਚ ਪ੍ਰਭਜੋਤ ਦਾ 23 ਸਾਲਾ ਆਸ਼ਕ ਕੁਲਦੀਪ ਸਿੰਘ ਦੁਬਈ ਰਹਿੰਦਾ ਸੀ ਅਤੇ ਪ੍ਰਭਜੋਤ ਕੌਰ ਆਪਣੇ ਘਰ ਵਾਲੇ ਜਸਵੀਰ ਨੂੰ ਆਪਣੀ ਆਸ਼ਕੀ ਚ ਸਭ ਤੋਂ ਵੱਡਾ ਰੋੜਾ ਸਮਝ ਰਹੀ ਸੀ। ਇਸ ਲਈ ਦੋਵਾਂ ਨੇ ਜਸਵੀਰ ਨੂੰ ਆਪਣੇ ਰਾਹ ਚੋ ਸਾਫ਼ ਕਰਨ ਲਈ ਯੋਜਨਾ ਬਣਾਈ ਅਤੇ ਕੁਲਦੀਪ ਦੁਬਈ ਤੋਂ ਇੰਡੀਆ ਆ ਗਿਆ। ਤੇ ਸੁਣੋ ਕਿਵੇਂ ਕੁਲਦੀਪ ਆਪਣੇ ਸਾਥੀਆਂ ਨਾਲ ਮਿਲ ਕੇ ਜਸਵੀਰ ਲਈ ਕਾਲ ਸਾਬਿਤ ਹੋਇਆ ਅਤੇ ਹੱਸਦਾ ਵਸਦਾ ਘਰ ਮਿੰਟਾਂ ਚ ਤਬਾਹ ਕਰ ਗਿਆ। ਰੇਸ਼ਮ ਸਿੰਘ ਵਾਸੀ ਰੰਨੋ ਨੇ ਆ ਕੇ SHO ਮੋਹਨ ਸਿੰਘ ਥਾਣਾ ਭਾਦਸੋਂ ਨੂੰ ਰਿਪੋਰਟ ਦਿੱਤੀ ਕਿ ਉਸਦਾ ਭਰਾ ਜਸਵੀਰ ਸਿੰਘ ਜੋ ਕਿ 2 ਤਰੀਕ ਸ਼ਾਮ ਨੂੰ ਘਰੋਂ ਗਿਆ ਸੀ ਮੋਟਰਸਾਈਕਲ 'ਤੇ ਅਤੇ ਵਾਪਸ ਨਹੀਂ ਆਇਆ ਤੱਕ ਆਇਆ, ਜਿਸ 'ਤੇ SHO ਮੋਹਨ ਸਿੰਘ ਨੇ ਆਪਣਾ ਕਾਫੀ ਆਪਣੀ ਮਿਹਨਤ ਨਾਲ ਅਤੇ ਟੀਮ ਨਾਲ ਇਸ ਜਿਹੜੀ ਮਿਸਿੰਗ ਬੰਦੇ ਦੀ ਲੱਭਣ ਵਾਸਤੇ ਮਿਹਨਤ ਕੀਤੀ ਅਤੇ SIP ਵਰੁਣ ਸ਼ਰਮਾ ਜੀ ਸਾਡੇ ਜਿਹੜੇ SIP ਪਟਿਆਲਾ ਨੇ ਉਹਨਾਂ ਨੇ ਇੱਕ ਵਿਸ਼ੇਸ਼ ਟੀਮ ਬਣਾਈ ਜਿਹਦੇ 'ਚ SPD ਹਰਵੀਰ ਸਿੰਘ ਅਟਵਾਲ ਜੀ, DSPD ਅਤੇ ਇੰਸਪੈਕਟਰ ਸ਼ਮਿੰਦਰ CIA ਨੇ ਕਾਫੀ ਮਿਹਨਤ ਨਾਲ ਇਹ ਬੰਦੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ। ਕਹਾਣੀ ਇੱਦਾਂ ਹੋਈ, ਜਦੋਂ ਇਹਨਾਂ ਨੇ ਪਤਾ ਲੱਗਿਆ ਵੀ ਇਹ ਬੰਦਾ ਸ਼ਾਮ ਨੂੰ ਗਿਆ, ਇਹਨਾਂ ਨੇ ਸਾਇੰਟੀਫਿਕ ਤਰੀਕੇ ਨਾਲ ਉਹਦਾ ਪਿੱਛਾ ਕੀਤਾ ਅਤੇ ਜੋ ਕਿ ਸਾਨੀਪੁਰ ਜੋ ਕਿ ਥਾਣਾ ਸਰਹੰਦ ਪੈਂਦਾ ਉੱਥੇ ਦਾ ਪਿੰਡ ਹੈ ਅਤੇ ਨਹਿਰ ਦੇ ਕਿਨਾਰੇ ਇਹਨਾਂ ਨੂੰ ਕੁਛ ਸਿਮਟਮ ਮਿਲੇ ਜਿੱਦਾਂ ਬਲੱਡ ਵਗੈਰਾ ਜਾਂ ਇੱਦਾਂ ਕੋਈ ਉੱਥੇ ਕੋਈ ਹੋਰ ਵਗੈਰਾ ਮੁੱਖ ਟਾਈਮ ਬੰਦੇ ਮਿਲਾ ਅਤੇ ਉਸ ਤੋਂ ਅੱਗੇ ਤਫਤੀਸ਼ ਕਰਦੇ ਹੋਏ ਇਹਨਾਂ ਨੇ ਜਿਹੜਾ ਇੱਕ ਕੁਲਦੀਪ ਸਿੰਘ ਜੋ ਕਿ ਦੁਬਈ ਤੋਂ ਆਇਆ ਵਾਸੀ ਝੰਬਾਲੀ ਸਾਨੀ, ਉਹਦਾ ਇੱਕ ਸਾਥੀ ਪ੍ਰਦੀਪ ਸਿੰਘ ਅਤੇ ਉਹਦਾ ਇੱਕ ਸਾਥੀ ਬੂਟਾ, ਜਿਨ੍ਹਾਂ ਨੇ ਇਸ ਮਰਨ ਵਾਲੇ ਜਸਵੀਰ ਸਿੰਘ ਜੋ ਕਿ ਜਸਵੀਰ ਸਿੰਘ ਨੂੰ ਇਹਨਾਂ ਨੇ ਜਸਵੀਰ ਸਿੰਘ ਦੀ ਵਾਈਫ ਦੇ ਕਹਿਣ 'ਤੇ, ਕਿਉਂਕਿ ਜਸਵੀਰ ਸਿੰਘ ਦੀ ਵਾਈਫ ਜਿਹੜੀ ਪ੍ਰਭਜੋਤ ਕੌਰ ਆ ਉਹਦੇ ਇੰਸਟਾਗ੍ਰਾਮ ਦੇ ਥਰੂ ਜਿਹੜਾ ਕੁਲਦੀਪ ਸਿੰਘ ਦੁਬਈ ਰਹਿੰਦਾ ਸੀ ਉਹਦੇ ਨਾਲ ਰਿਲੇਸ਼ਨ ਬਣ ਗਏ ਸੀਗੇ, ਜਾਣ ਪਛਾਣ ਹੋ ਗਈ, ਉਹ 12 ਦਸੰਬਰ ਨੂੰ ਵਾਪਸ ਆਇਆ ਇੰਡੀਆ ਅਤੇ ਆ ਕੇ ਉਹਨਾਂ ਨੂੰ ਆਪਸ ਉਹਨਾਂ ਨੇ ਮੇਲ ਜੋਲ ਕੀਤਾ, ਰਿਲੇਸ਼ਨ ਬਣਾਈ ਅਤੇ ਉਦੋਂ ਫਿਰ ਉਹਦੇ ਜੋ ਮਿਸਿੰਗ ਪਰਸਨ ਆ ਜਸਵੀਰ ਸਿੰਘ ਉਹਦੀ ਵਾਈਫ ਨੇ ਕਿਹਾ ਵੀ ਮੇਰੇ ਜਿਹੜਾ ਹਸਬੈਂਡ ਨੂੰ ਇਹਨੂੰ ਆਪਦਾ ਕੰਡਾ ਦੂਰ ਕਰੋ। 2-3 ਵਾਰ ਟਰਾਈ ਕੀਤੀ ਇਹਨਾਂ ਨੂੰ ਮਾਰਨ ਵਾਸਤੇ, ਫਿਰ ਇਹਨਾਂ ਨੇ 2 ਤਰੀਕ ਨੂੰ ਸ਼ਾਮ ਨੂੰ ਉਹਨੂੰ ਨਾਲ ਲਿਜਾ ਕੇ ਦਾਰੂ ਪਿਆਈ ਅਤੇ ਸਾਨੀਪੁਰ ਜੋ ਨਹਿਰ ਦਾ ਕਿਨਾਰਾ ਜਿੱਥੇ ਉੱਥੇ ਉਹਦੇ ਗਲ 'ਚ ਟੱਕ ਮਾਰ ਕੇ ਉਹਦਾ ਉਹਨੂੰ ਅਤੇ ਉਹਦੇ ਮੋਟਰਸਾਈਕਲ ਨੂੰ ਨਹਿਰ ਸੁੱਟਿਆ। ਫਿਲਹਾਲ ਪੁਲਿਸ ਨੇ ਹੁਣ 4 ਨੂੰ ਗ੍ਰਿਫਤਾਰ ਕਰ ਲਿਆ। ਇਨਵੈਸਟੀਗੇਸ਼ਨ ਟੀਮ ਨੇ ਬੜੀ ਮਿਹਨਤ ਨਾਲ ਉਹਦੀ ਜਿਹੜੀ ਆ ਸਾਰੇ ਤਰੀਕੇ ਨਾਲ ਸਬੂਤ ਇਕੱਠੇ ਕੀਤੇ ਅਤੇ ਉਹਨਾਂ ਖਿਲਾਫ਼ ਜਿਹੜਾ ਪ੍ਰਭਜੋਤ ਉਹਦੀ ਮਰਨ ਵਾਲੇ ਦੀ ਘਰਵਾਲੀ, ਉਹਦਾ ਫਰੈਂਡ ਜਿਹੜਾ ਕੁਲਦੀਪ ਸਿੰਘ, ਉਹਦਾ ਫਰੈਂਡ ਅੱਗੇ ਪ੍ਰਦੀਪ ਸਿੰਘ ਅਤੇ ਬੂਟਾ ਸਿੰਘ ਦੇ ਖਿਲਾਫ਼ ਜਿਹੜਾ 302 IPC ਦਾ ਪਰਚਾ ਦਰਜ ਥਾਣੇ ਭਾਦਸੋਂ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਨਿਸ਼ਾਨਦੇਹੀ 'ਤੇ ਮੋਟਰਸਾਈਕਲ, ਉਹਦਾ ਮੋਬਾਈਲ ਅਤੇ ਜੋ ਉਹਦੇ ਕੱਪੜੇ ਲੀੜੇ ਸੀਗੇ ਉਹ ਬਰਾਮਦ ਕੀਤੇ। ਰਿਪੋਰਟ ਵੀ ਜਿਹੜੀ ਆ ਸਾਨੂੰ ਕਾਫ਼ੀ ਦਿਨਾਂ ਬਾਅਦ ਜੋ ਥਾਣਾ ਗੰਡਾ ਖੇੜੀ ਹੈਗਾ ਉਦੋਂ 5-6 ਕਿਲੋਮੀਟਰ ਅੱਗੇ ਦੂਰ ਨਹਿਰ 'ਚ ਬਰਾਮਦ ਹੋ। ਮੇਨ ਕਾਰਨ ਕੀ ਸੀਗਾ ਜੀ, ਆਪਾਂ ਜੇ ਮੰਨੀਏ ਕਿ ਉਹ ਲੇਡੀਜ਼ ਦਾ? ਮੇਨ ਕਾਰਨ ਸੀ ਵੀ ਜਿਹੜੇ ਮਰਨ ਵਾਲੀ ਦੀ ਵਾਈਫ ਸੀ ਪ੍ਰਭਜੋਤ, ਉਹਦੇ ਰਿਲੇਸ਼ਨ ਸੀਗੇ ਜੋ ਦੁਬਈ ਤੋਂ ਸਪੈਸ਼ਲ ਆਇਆ ਕੁਲਦੀਪ ਸਿੰਘ, ਉਹਦੇ ਨਾਲ ਇਲੀਗਲ ਰਿਲੇਸ਼ਨ ਸੀ। ਸੋਸ਼ਲ ਮੀਡੀਆ 'ਤੇ ਹੋਏ ਨੇ ਇਹਨਾਂ ਦੇ ਰਿਲੇਸ਼ਨ? ਹਾਂਜੀ, ਇੰਸਟਾਗ੍ਰਾਮ 'ਤੇ ਉਹਨਾਂ ਦਾ ਆਫਟਰ ਉਹਨਾਂ ਦੀ ਰਿਕੁਐਸਟ ਪਾਈ, ਫਿਰ ਉਹਨਾਂ ਦਾ ਰਿਲੇਸ਼ਨ ਬਣੇ, ਉਹਨਾਂ ਦਾ ਆਫਟਰ ਲਿੰਕ ਹੋ ਗਿਆ। ਉਹ ਤੋਂ ਬਾਅਦ ਇੰਡੀਆ ਆ ਕੇ ਉਹਨਾਂ ਨੇ ਪਲਾਨਿੰਗ ਕੀਤੀ ਤਾਂ ਉਸ ਬੰਦੇ ਨੂੰ ਮੌਤ ਦੇ ਘਰ ਤੋਂ। ਪਹਿਲਾਂ ਤਾਂ ਓਰਿਜਿਨਦਾਰ ਸੀ ਬਿਲਕੁਲ, ਕੇਸ ਕਲਿਊ ਕਿੱਥੋਂ ਮਿਲਿਆ ਜੀ? ਕਲਿਊ ਇਹ ਕੁਛ ਸਾਡੇ ਜਿਹੜੇ ਸਾਡੀ SIT ਟੀਮ ਬਣਾਈ ਸੀ, SIP ਸਾਹਿਬ ਨੇ ਕਾਫੀ ਮਿਹਨਤ ਕੀਤੀ, ਉਹਨਾਂ ਨੇ ਸੋਰਸਿਸ ਹੁੰਦੇ ਆ, ਕੋਈ ਸਾਇੰਟੀਫਿਕ ਤਰੀਕੇ ਹੁੰਦੇ ਆ, ਉਸ ਨਾਲ ਜਿਹੜਾ ਸੀਗੇ ਇਹਨਾਂ ਨੇ ਮੁਲਜ਼ਮਾਂ ਨੇ ਵੈਸੇ ਬੜੀ ਕੋਸ਼ਿਸ਼ ਕੀਤੀ। ਦੇਖੋ ਆਪਣਾ ਸਾਡਾ ਏਰੀਆ ਤੋਂ ਅੱਗੇ ਹੋ ਕੇ ਥਾਣਾ ਫਤਿਹਗੜ੍ਹ ਦੇ ਵਿੱਚ ਉੱਥੇ ਲਿਜਾਇਆ ਗਿਆ, ਉੱਥੇ ਉਹਦੇ ਗਲ ਵੱਢਿਆ ਗਿਆ, ਫਿਰ ਉਹ ਨਹਿਰ ਸੁੱਟਿਆ ਗਿਆ, ਫਿਰ ਉਹਦਾ ਮੋਟਰਸਾਈਕਲ ਵੀ ਸੁੱਟਿਆ ਗਿਆ ਅਤੇ ਸਾਰੇ ਸਬੂਤ ਜਿਹੜੀ ਆ ਉਹਨਾਂ ਨੂੰ
ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਐਸ ਆਈ ਟੀ ਨੇ ਜਿਹੜੀ ਸਪੈਸ਼ਲਟੀ ਸਾਹਿਬ ਨੇ ਬਣਾਈ ਸੀ ਉਹਨੇ ਜਿਹੜਾ ਇਹ ਕੇਸ ਠੀਕ ਕੀਤਾ। ਇਹਨਾਂ ਤੋਂ ਪਹਿਲਾਂ ਵੀ ਕੋਈ ਹੈਗੇ ਆ ਕੋਈ? ਉਹ ਅਸੀਂ ਤਫਤੀਸ਼ ਕਰ ਰਹੇ ਹਾਂ, ਪੁਲਿਸ ਰਿਮਾਂਡ 'ਤੇ ਅਸੀਂ ਲਏ ਹਾਂ ਹੁਣ, ਕਿਉਂਕਿ ਦੁਬਈ ਤੋਂ ਆਇਆ ਹੈ, ਕੀ ਕੰਮ ਕਰਦਾ ਰਿਹਾ, ਹੋਰ ਇਹਦੇ ਪਿੱਛੇ ਕੀ ਰੀਜ਼ਨ ਹੈਗਾ, ਉਹ ਅਸੀਂ ਇਹ ਕਰਾਂਗੇ। ਸਾਰੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ, ਸਾਡੇ ਕੋਲ ਪੁਲਿਸ ਰਿਮਾਂਡ 'ਚ ਚੱਲਣਾ। ਇਹ ਬੱਚਾ ਵੀ ਕੋਈ ਲੇਡੀਜ਼ ਦਾ? ਆਈ ਥਿੰਕ ਸ਼ਾਇਦ ਇੱਕ ਬੱਚਾ ਇਹਦਾ ਹੈ। ਸੋ ਹੁਣ ਦੋਵਾਂ ਆਸ਼ਕ ਮਸ਼ੂਕ ਕੋਲ ਅਤੇ ਇਹਨਾਂ ਸਾਥੀਆਂ ਕੋਲ ਸਵਾਏ ਪਛਤਾਵੇ ਤੋਂ ਕੁਝ ਵੀ ਬਾਕੀ ਨਹੀਂ ਬਚਿਆ। ਹਕੀਕਤ ਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।